ਅਸਲੀ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸ਼ਤ ਸ਼੍ਰੀਕਾਲ ਜੀ ਦੋਸਤੋ ਕੰਗਨਾਰ ਨਾਉਤ ਤੇ ਪੰਜਾਬੀ ਸਿੰਗਰ ਦਲਜੀਤ ਦਸਾਂਝ ਵਿਚਕਾਰ ਬਹੁਤ ਵੱਡੀ ਜੰਗ ਛਿੜ ਗਈ ਹੈ ਹਾਂਜੀ ਦੋਸਤੋ ਇਹ ਜੰਗ ਹੈ ਟਵਿੱਟਰ ਦੀ ਕਿਸਾਨਾ ਨੂੰ ਲੈ ਕੇ ਕੰਗਨਾਰ ਨਾਉਤ ਤੇ ਦਲਜੀਤ ਦਸਾਂਝ ਵਿਚਕਾਰ ਇਹ ਜੰਗ ਛਿੜੀ ਹੈ ਦੋਸਤੋ ਪੰਜਾਬੀ ਸਿੰਗਰ ਦਲਜੀਤ ਦਸਾਂਝ ਨੇ ਬਾਲੀਵੁੱਡ ਐਕਟ੍ਰੈਸ ਕੰਗਨਾਰ ਨਾਉਤ ਨੂੰ ਨੀਚਾ ਦਿਖਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਹਾਂਜੀ ਦੋਸਤੋ ਪਹਿਲਾਂ ਤਾਂ ਕੰਗਨਾਰ ਨਾਉਤ ਵਾਰ-ਵਾਰ ਦਲਜੀਤ ਦਸਾਂਝ ਨੂੰ ਰਿਪਲਾਈ ਕਰਦੀ ਰਹੀ ਆ ਤੇ ਕਦੇ ਪਾਲਤੂ ਕੁੱਤਾ ਆਇਆ ਤਾਂ ਆਓ ਵੇਖਦੇ ਹਾਂ ਉਹਨੇ ਕੀ ਕਿਹਾ ਦਲਜੀਤ ਸਾਂਝ ਨੇ ਕنگਨਾਰ ਨਾਲ ਬਾਰੇ ਬਹੁਤ ਸਾਰੇ ਟਵੀਟ ਕੀਤੇ ਜਿਸ ਵਿੱਚ ਸਭ ਤੋਂ ਪਹਿਲਾ ਟਵੀਟ ਦਲਜੀਤ ਸਾਂਝ ਨੇ ਕੀਤਾ ਮੂੰਹ ਸੰਭਾਲ ਤੇ ਮਾਫੀ ਮੰਗ ਸਾਡੀਆਂ ਮਾਵਾਂ ਕੋਲੋਂ ਵੈਸੇ ਉਮੀਦ ਤੇਰੇ ਤੋਂ ਕੋਈ ਨਹੀਂ ਕਿਉਂਕਿ ਤੈਨੂੰ ਪੌਂਕਣਾ ਆਂਦਾ ਹੈ ਗੱਲ ਕਰਨੀ ਤੇਰੇ ਵਸ ਦੀ ਗੱਲ ਨਹੀਂ ਗਲਤੀ ਦਾ ਅਹਿਸਾਸ ਤਾਂ ਬਹੁਤ ਦੂਰ ਦੀ ਗੱਲ ਹੈ ਅਤੇ ਦੋਸਤੋ ਦੂਜਾ ਟਵੀਟ ਦਲਜੀਤ ਸਾਂਝ ਨੇ ਕੀਤਾ ਕਿ ਗੌਰ ਨਾਲ ਦੇਖ ਇਹਨਾਂ ਨੂੰ ਆ ਤੈਨੂੰ ਦੰਗੇ ਵਾਲੇ ਖੂਨ ਖਰਾਬੇ ਵਾਲੇ ਲੱਗਦੇ ਆ ਦਵਾ ਤੈਨੂੰ ਅਕਲ ਆਪਣੇ ਤੋਂ ਵੱਡਿਆਂ ਨੂੰ ਕਿਦਾਂ ਬੋਲੀਦਾ ਲਗਦੀ 100-100 ਰੁਪਏ ਦੀ ਜਿਵੇਂ ਹੀ ਥੱਲੇ ਉਤਰ ਜਾਂਦੀ ਆ ਭੌਂਕਣ ਲੱਗੀ ਫਿਕਰ ਨਾ ਕਰ ਦੋ ਕਹੇਗੀ ਤਾਂ ਛੱਤੀ ਆਉਣਗੀਆਂ ਦੋਸਤੋ ਦਲਜੀਤ ਸਾਹਨੇ ਆਪਣੇ ਤੀਜੇ ਟਵੀਟ ਵਿੱਚ ਲਿਖਿਆ ਆ ਤੈਨੂੰ ਖੂਨ ਖਰਾਬੇ ਵਾਲੇ ਲੱਗਦੇ ਨੇ ਹਰ ਗੱਲ ਤੇ ਖੂਨ ਖਰਾਬਾ ਇਹ ਸਾਡੇ ਲਈ ਰੱਬ ਦੇ ਰੂਪ ਨੇ ਤੈਨੂੰ ਬੋਲਣ ਦੀ ਤਮੀਜ਼ ਨਹੀਂ ਸਿਖਾਈ ਕਿਸੇ ਨੇ ਪੰਜਾਬੀ ਦੱਸਣਗੇ ਤੈਨੂੰ ਕਿੱਦਾਂ ਬੋਲੀਦਾ ਆਪਣੇ ਤੋਂ ਵੱਡਿਆਂ ਨਾਲ ਤੇ ਦੋਸਤੋ ਦਲਜੀਤ ਸਾਹਨੇ ਆਪਣੇ ਚੌਥੇ ਟਵੀਟ ਵਿੱਚ ਲਿਖਿਆ ਵੱਡੀ ਸਿਆਣੀ ਬਣੀ ਫਿਰਦੀ ਰਹਿਣੀ ਐ ਕਿਸੇ ਦੀ ਮਾਂ ਪੈਣ ਨੂੰ 100 ਰੁਪਏ ਦਿਹਾੜੀ ਵਾਲੀ ਕਹਿ ਦਿੰਨੀ ਐ ਕਿਹੜੇ ਸਕੂਲ ਚੋਂ ਸਿੱਖੀਆਂ ਇਹ ਲੈਂਗੁਏਜ ਤੇ ਦੋਸਤੋ ਦਲਜੀਤ ਸਾਂਝਾ ਆਪਣੇ 5ਵੇਂ ਟਵੀਟ ਵਿੱਚ ਲਿਖਿਆ ਐਵੇਂ ਹੁਣ ਕੱਚਾ ਧੂਆ ਨਾ ਮਾਰ ਬੁੱਲਾ ਤੇ ਸਿਕਰੀ ਜੰਮਗੀ ਤੇਰੇ ਜਵਾਬ ਦਿਓ ਮੈਡਮ ਜੀ ਸਾਡੀਆਂ ਮਾਵਾਂ ਦਾ ਹੁਣਾ ਗੂਗਲ ਕਰ ਲਈ ਠੇਠ ਪੰਜਾਬੀ ਦੀਆਂ ਗੱਲਾਂ ਤੇਰੇ ਸਮਝ ਨਹੀਂ ਆਉਣੀਆਂ ਤੂੰ ਡਰਾਂਦੀ ਹੋਵੇਂਗੀ ਕਿਸੇ ਬਾਲੀਵੁੱਡ ਨੂੰ ਪਰ ਇਹ ਸਰਦਾਰ ਤੇਰੇ ਤੋਂ ਲੋਟ ਨਹੀਂ ਆਉਨੇ ਤਾਂ ਦੋਸਤੋ ਤੁਹਾਨੂੰ ਦੇ ਵਿਖਿਆ ਦਲਜੀਤ ਦਸਾਂਜ ਨੇ ਕਿਵੇਂ ਬਾਲੀਵੁੱਡ ਐਕਟਰਸ ਕੰਗਨਾਰ ਰਨਾਉਤ ਦੀ ਮਨਜੀ ਠੋਕੀ ਹਾਂਜੀ ਦੋਸਤੋ ਵਾਕੀ ਦਲਜੀਤ ਔਖੇ ਟਾਈਮ ਵਿੱਚ ਕਿਸਾਨਾਂ ਦੇ ਨਾਲ ਖੜਿਆ ਹੈ ਅਤੇ ਦਲਜੀਤ ਦਸਾਂਜ ਨੇ ਕੰਗਨਾਰ ਰਨਾਉਤ ਨੂੰ ਟਵੀਟ ਕਰਕੇ ਇਹ ਵੀ ਕਿਹਾ ਕਿ ਮੈਂ ਫਿਲਮਾਂ ਕਰਕੇ ਕਿਸੇ ਦੇ ਪਿੱਛੇ ਨਹੀਂ ਫਿਰਦਾ ਬਲਕਿ ਸਰਦਾਰਾਂ ਦੀ ਲੋੜ ਤਾਂ ਸਾਡੇ ਬਾਲੀਵੁੱਡ ਨੂੰ ਪੈਂਦੀ ਹੈ ਅਸੀਂ ਟ੍ਰੈਂਡਿੰਗਾਂ 'ਚ ਰਹਿਣ ਵਾਲੇ ਬੰਦੇ ਆ ਅਤੇ ਜਦੋਂ ਦੇ ਅਸੀਂ ਮੂਵੀਆ ਬਣਾਉਣ ਲੱਗੇ ਆ ਤੇ ਸਿਰਫ ਟ੍ਰੈਂਡਿੰਗਾਂ 'ਚ ਹੀ ਰਹੇ ਆ ਦੋਸਤੋ ਇਸ ਤੋਂ ਬਾਅਦ ਕ ਦਲ ਜੀ ਦਸਾਂ ਜਨੇ ਕੰਗਰਾਂ ਨਾਲ ਉਹਨੂੰ ਡਰਾ ਕੇ ਭਜਾ ਦਿੱਤਾ ਹੈ ਤਾਂ ਦੋਸਤੋ ਇਸ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸੋ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ